ਕਿਸ ਤਰ੍ਹਾਂ ਦੀ ਮੀਟਿੰਗ ਹੈ ਇਹਦੇ ਚ ਕੀ ਹੁੰਦਾ ਹੁੰਦਾ ਮੀਟਿੰਗ ਇਹ ਚ ਸਾਰੇ ਪਿਛਲੇ ਸਾਲ ਦਾ ਹਿਸਾਬ ਕਿਤਾਬ ਹੁੰਦਾ ਤੇ ਜੋ ਆਉਣ ਵਾਲੇ ਪ੍ਰੋਗਰਾਮ ਉਹ ਦੱਸੇ ਜਾਂਦੇ ਆ ਮੋਸਟਲੀ ਦਾ ਪਿਛਲੇ ਸਾਲ ਦੇ ਵਿੱਚ ਜੋ ਕੁਛ ਹੋਇਆ ਉਹ ਦੱਸਣਾ ਦੇ ਫਾਈਨੈਂਸ਼ੀਅਲ ਰਿਪੋਰਟ ਪੇਸ਼ ਕੀਤੀ ਜਾਂਦੀ ਹੈ ਜਾਂ ਕੋਈ ਨਵਾਂ ਫਲੋਰ ਤੋਂ ਵੀ ਕੋਈ ਕਿਸੇ ਨੇ ਕੋਈ ਮੈਟਰ ਡਿਸਕਸ ਕਰਨਾ ਮੰਗਦਾ ਉਹ ਹੁੰਦਾ ਨਵੀਂ ਕਮੇਟੀ ਦਾ ਗਠਨ ਹੋਇਆ ਸੰਗਤ ਨੇ ਬਹੁਤ ਭਰਮਾ ਹੋਊਗਾ ਰਚਤਾ ਤੇ ਧੰਨਵਾਦ ਦੇ ਰੂਪ ਚ ਕੀ ਕਹੋਗੇ ਸੰਗਤ ਇਹ ਅਸੀਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਇੱਕ ਸੰਗਤਾਂ ਦੱਸਣਾ ਚਾਹੁੰਦੇ ਵੀ ਸੰਗਤਾਂ ਦਾ ਗੁਰੂ ਘਰ ਸਾਡੀ ਕੋਸ਼ਿਸ਼ ਹੈ ਵੀ ਸੰਗਤਾਂ ਦਾ ਹੀ ਗੁਰੂ ਘਰ ਰਹੇ ਸੰਗਤਾਂ ਨੂੰ ਵਾਰ ਵਾਰ ਬੇਨਤੀ ਕਰੀਦਾ ਵੀ ਸਟੇਜ ਖੁੱਲੀ ਸਟੇਜ ਆ ਜਦੋਂ ਮਰਜ਼ੀ ਆ ਕਰਦੇ ਸੁਝਾਅ ਦੇਵੋ ਦੱਸੋ ਆਪਾਂ ਕੀ ਕਰੀਏ ਕਿਵੇਂ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਨਾਲ ਜੋੜ ਸਕਦੇ ਹਾਂ ਅੱਜ ਦਾ ਇਹੀ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਗੁਰੂ ਘਰ ਲੈ ਕੇ ਜ਼ਰੂਰ ਆਓ ਅਸੀਂ ਅੱਜ ਜਿਹੜੀ ਜਨਰਲ ਮੀਟਿੰਗ ਆ ਐਵਰੀ ਈਅਰ ਹੁੰਦੀ ਹੁੰਦੀ ਆ ਜਿੱਦਾਂ ਇਹ ਨਵੀਂ ਕਮੇਟੀ ਆਈ ਆ ਜਿਹੜੀ ਹੁਣ ਜੁਆਇਨ ਕੀਤਾ ਉਹਨਾਂ ਦੀ ਫਸਟ ਇਹ ਜਨਰਲ ਮੀਟਿੰਗ ਆ ਓਪਨ ਮੈਂਬਰਾਂ ਦੀ ਸਾਰੇ ਆਉਂਦੇ ਹੁੰਦੇ ਆ ਜਿੰਨੇ ਮੈਂਬਰ ਆ ਸਕਦੇ ਇਸ ਤਰ੍ਹਾਂ ਦੇ ਸੋਲੂਸ਼ਨ ਕੀਤੇ ਜਾਣਗੇ ਜਾਂ ਮਤਲਬ ਇਹ ਰੂਪਰੇਖਾ ਕੀ ਹੁੰਦੀ ਆ ਲੋਕ ਬੋਲਦੇ ਆ ਆਪਣੇ ਸੁਝਾਅ ਦਿੰਦੇ ਆ ਇਹ ਲੋਕਾਂ ਦੇ ਸੁਝਾਅ ਲਏ ਜਾਂਦੇ ਇਹਦੇ 'ਤੇ ਏਜੰਡਾ ਰੱਖਿਆ ਜਾਂਦਾ ਵੀ ਅਗਾਂਹ ਐਡਵਾਈਸ ਵੀ ਲਈ ਜਾਂਦੀ ਆ ਸੁਜੈਸ਼ਨਾਂ ਲਈ ਜਿੰਨੇ ਕੀ ਕੀਤਾ ਜਾਵੇ ਫੰਡੇ ਅਗਾਂਹ ਕੀ ਕਰਨ ਵਾਲੇ ਆ ਕੰਮ ਉਹ ਸਾਰਾ ਪ੍ਰਧਾਨ ਜਿਵੇਂ ਏਜੰਡੇ 'ਚ ਦਿੱਤਾ ਜਾਂਦਾ ਮੈਂਬਰਸ਼ਿਪ ਦਾ ਹੋਰ ਕਾਫੀ ਸਾਰੇ ਫੈਸਲੇ ਜਿਵੇਂ ਈਅਰ ਕਮੇਟੀ ਤੋਂ ਸਾਰੀ ਸੰਗਤ ਨੂੰ ਬਹੁਤ ਜ਼ਿਆਦਾ ਉਮੀਦਾਂ ਜਿੱਦਣ ਦੀ ਨਵੀਂ ਕਮੇਟੀ ਆਈ ਆ ਸੰਗਤ ਬਹੁਤ ਜ਼ਿਆਦਾ ਤੁਸੀਂ ਦੇਖ ਰਹੇ ਹਾਂ ਜੁੜ ਰਹੀ ਹੈ ਇਕੱਠ ਦੇਖ ਰਹੇ ਹੋ ਸਾਰਾ ਸੰਗਤਾਂ ਦਾ ਤੜਕੇ ਤੋਂ ਮਾਰਨਿੰਗ ਤੋਂ ਲਾ ਕੇ ਇੰਨਾ ਇਕੱਠ ਆ ਅਤੇ ਅੱਜ ਹੁਣ ਇੱਕ ਜਨਰਲ ਮੀਟਿੰਗ ਹੋ ਰਹੀ ਆ ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਬੇਨਤੀਆਂ ਵੀ ਕੀਤੀਆਂ ਨੇ ਵੱਧ ਤੋਂ ਵੱਧ ਮੀਟਿੰਗ ਦੇ ਵਿੱਚ ਪਹੁੰਚੋ ਸਾਰਿਆਂ ਦਾ ਹੱਕ ਆ ਤਾਂ ਕਿ ਜਿਹੜੀ ਗੁਰਦੁਆਰਾ ਸਾਹਿਬ ਦੇ ਕੰਮ ਉਹ ਸੰਗਤਾਂ ਦੇ ਅਨੁਸਾਰ ਹੋ ਸਕਣ ਅਤੇ ਜਿਹੜੀ ਇਹ ਕਮੇਟੀ ਆ ਇਹਦੇ ਨਾਲ ਮਿਲ ਕੇ ਵਧੀਆ ਕੰਮ ਹੋ ਸਕਣ ਅੱਜ ਜੀ ਜਨਰਲ ਮੀਟਿੰਗ ਆ ਖਾਲਸਾ ਦਵਾਨ ਸੁਸਾਇਟੀ ਦੇ ਜਿਹੜੇ ਵੋਟਿੰਗ ਮੈਂਬਰਸ ਆ ਉਹਨਾਂ ਦੀ ਜਨਰਲ ਮੀਟਿੰਗ ਹੈ ਕਿਸ ਤਰ੍ਹਾਂ ਦੀ ਮੀਟਿੰਗ ਹੈ ਕਿੱਦਾਂ ਦੇ ਵਿੱਚ ਸੋਲੂਸ਼ਨ ਮਤਲਬ ਕੀ ਹੁੰਦਾ ਗੁਰਦੁਆਰਾ ਸਾਹਿਬਾਨਾਂ ਦੀ ਜਦੋਂ ਵੀ ਜਨਰਲ ਮੀਟਿੰਗ ਹੁੰਦੀ ਹੈ ਤਾਂ ਸੰਘ ਦੇ ਸੁਝਾਅ ਲਏ ਜਾਂਦੇ ਆ ਸੰਘ ਗੁਰਦੁਆਰੇ ਦੀ ਕਮੇਟੀ ਨੂੰ ਗੁਰਦੁਆਰੇ ਦੇ ਪ੍ਰਬੰਧ ਨੂੰ ਕਿਵੇਂ ਚਲਾਉਣਾ ਲੰਗਰ ਹਾਲ ਦਾ ਮੇਨਟੇਨੈਂਸ ਦਾ ਹੋਰ ਆਮ ਗੁਰਦੁਆਰੇ ਦੀ ਸਾਰੀ ਮੇਨਟੇਨੈਂਸ ਦਾ ਕੰਮ ਕਿਵੇਂ ਸਾਂਭਣਾ ਹੈ ਕਿਸੇ ਦੀਆਂ ਡਿਊਟੀਆਂ ਲਾਉਣੀਆਂ ਕੁਛ ਕਿਸੇ ਨੂੰ ਖਾਸ ਸਹਾਇਤਾ ਵਾਸਤੇ ਕਮੇਟੀ ਬਣਾਉਣੀ ਹੈ ਤਾਂ ਕਿ ਗੁਰਦੁਆਰਾ ਕੰਮ ਸਮੂਹ ਚੱਲ ਸਕੇ ਇਹੋ ਜਿਹੇ ਕੰਮਾਂ ਵਾਸਤੇ ਜਨਰਲ ਮੀਟਿੰਗ ਕਰਕੇ ਕੋਈ ਬਾਇਲਾ ਚੇਂਜ ਕਰਨਾ ਤਾਂ ਉਹਦੇ ਵਾਸਤੇ ਪਹਿਲਾਂ ਦੱਸ ਕੇ ਸੰਗਤ ਨੂੰ ਪ੍ਰੋਪਰ ਐਡਵਰਟਾਈਜ਼ ਕਰਕੇ ਉਹ ਇਹੋ ਜਿਹੇ ਕੰਮ ਵਾਸਤੇ ਜਨਰਲ ਮੀਟਿੰਗ ਕੀਤੀ ਜਾਂਦੀ ਇਲੈਕਸ਼ਨ ਹੋਈ ਸੀ ਤੇ ਜਿਹੜੀ ਨਵੀਂ ਸੰਸਥਾ ਬਣੀ ਨਵੀਂ ਕਮੇਟੀ ਬਣੀ ਇਹ ਤੋਂ ਤੁਹਾਨੂੰ ਕੀ ਉਮੀਦਾਂ ਸਾਨੂੰ ਇਹ ਤਾਂ ਬਹੁਤ ਵੱਡੀਆਂ ਉਮੀਦਾਂ ਜੀ ਕਿਉਂਕਿ ਯੰਗ ਮੁੰਡਾ ਇੱਥੋਂ ਦਾ ਜੰਮਪਲ ਬੱਚਾ ਜਿਹੜਾ ਬਣਿਆ ਅਤੇ ਉਹ ਅੱਜ ਕੱਲ੍ਹ ਦੀ ਟੈਕਨੋਲੋਜੀ ਦੇ ਵਾਸਤੇ ਉਹਨੂੰ ਜ਼ਿਆਦਾ ਪਤਾ ਸਾਡੇ ਨਾਲ ਪੁਰਾਣੇ ਬੰਦਿਆਂ ਨੂੰ ਨਹੀਂ ਇੰਨਾ ਪਤਾ ਜੀ ਮਨਿੰਦਰ ਗਿੱਲ ਹੁਣਾਂ ਨੇ ਜਿਹੜਾ ਬਣੇ ਹੈਗੇ ਆ ਤਾਂ ਸਾਰੀ ਸੰਗਤ ਨੇ ਉਹਨਾਂ ਨੇ ਇੰਨੀ ਵੱਡੀ ਸਪੋਰਟ ਦੇ ਨਾਲ ਜਿਤਾਇਆ ਅਤੇ ਸਾਨੂੰ ਬਹੁਤ ਵੱਡੀਆਂ ਆਸਾਂ ਹੈ ਕਿਉਂਕਿ ਬੱਚੇ ਜਿਹੜੇ ਨਵੇਂ ਹੈਗੇ ਆ ਕਮੇਟੀ 'ਚ ਆਏ ਆ ਅਤੇ ਉਹ ਇਹ ਪ੍ਰਬੰਧ ਨੂੰ ਗੁਰਦੁਆਰੇ ਨੂੰ ਚੰਗੀ ਤਰ੍ਹਾਂ ਇਹਨੂੰ ਵਧੀਆ ਤਰੀਕੇ ਨਾਲ ਚਲਾ ਸਕਣ ਇਹ ਅਸੀਂ ਆਸ ਕਰਦੇ ਹਾਂ ਉਮੀਦਾਂ ਤਾਂ ਬਹੁਤ ਜ਼ਿਆਦਾ ਹੈ ਜੀ ਆਪਣੀ ਜਿਹੜੀ ਯੰਗਰ ਜਨਰੇਸ਼ਨ ਆ ਮਨਿੰਦਰ ਨੂੰ ਦੇਖ ਕੇ ਹੋਰ ਅੱਗੇ ਆਉਂਦੀਆਂ ਅਤੇ ਉਹਨੂੰ ਕਾਫੀ ਮੈਸੇਜ ਆਇਆ ਵੀ ਸਾਨੂੰ ਦੱਸਿਓ ਅਸੀਂ ਇਨਵੋਲਵ ਹੋਣਾ ਚਾਹੁੰਦੇ ਹਾਂ ਬਹੁਤ ਵੱਡੀ ਗੱਲ ਆਪਣੀ ਕਮਿਊਨਿਟੀ ਵਾਸਤੇ ਅੱਜ ਪ੍ਰੋਗਰਾਮ ਹੈਗਾ ਇਹਨਾਂ ਦੀ ਆਪਣੇ ਸਾਲ ਬਾਅਦ ਹੀ ਮੀਟਿੰਗ ਹੁੰਦੀ ਆ ਸਾਰੇ ਸੰਘ ਦੇ ਨਾਲ ਮੀਟਿੰਗ ਜਿੰਨੀ ਮੈਂਬਰਾਂ ਦੀ ਮੀਟਿੰਗ ਹੈ ਮੈਂਬਰਾਂ ਦੀ ਮੀਟਿੰਗ ਹੈ ਉਹਦੇ ਵਿੱਚ ਡਿਸਕਸ ਕਰਨੇ ਇਹਨਾਂ ਨੇ
ਵੀ ਅਗਲਾ ਪਿਛਲਾ ਸਾਰਾ ਕੰਮ ਦਾ ਹਿਸਾਬ ਕਿਤਾਬ ਜਿਹੜਾ ਪੁੱਛਿਆ ਕੀ ਪਲੈਨਿੰਗ ਨੇ ਕੀ ਗੁਰਦੁਆਰੇ ਨੂੰ ਲੈ ਕੇ ਅਤੇ ਇਹ ਬਹੁਤ ਪੁਰਾਣੀ ਸੰਸਥਾ ਬਹੁਤ 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 ਦਿਲਾਂ 'ਚ ਬਹੁਤ ਕੁਛ ਆ ਬਹੁਤ ਸਿਸਤਾਰ ਬਹੁਤ ਕਰਨ ਵਾਲਾ ਕਰਨਾ ਵੀ ਪੈਣਾ ਛੇਤੀ ਛੇਤੀ ਅਤੇ ਸੰਘ ਦੇ ਸੱਤੇ ਆ ਅੱਜ ਵਿਸਾਖੀ ਆ ਅਤੇ ਨਾਲੇ ਸਾਡੀ ਐਨੂਅਲ ਜਨਰਲ ਮੀਟਿੰਗ ਹੁੰਦੀ ਹੁੰਦੀ ਆ ਸਾਲ ਦੇ ਬਾਅਦ ਜਿਹਦੇ ਵਿੱਚ ਸਾਰਾ ਲੇਖਾ ਜੋਖਾ ਕੀ ਹੋਇਆ ਹੁਣ ਤੱਕ ਸਾਰਾ ਐਨੂਅਲ ਰਿਪੋਰਟ ਜਿਹੜੀ ਆ ਉਹ ਦੇਖੀ ਜਾਂਦੀ ਆ ਜੇ ਕੋਈ ਵਿਚਾਰ ਵਟਾਂਦਰਾ ਕੁਛ ਵੀ ਕੋਈ ਵੀ ਮੋਸ਼ਨ ਹੋਵੇ ਉਹ ਲਿਆਂਦਾ ਜਾਂਦਾ ਪਾਸ ਕਰ ਸਕਦੇ ਆ ਸੰਗਤ ਦੇ ਹੱਥ ਹੁੰਦਾ ਤਾਂ ਸੰਗਤ ਨੂੰ ਵੱਡੀ ਇਨਵੋਲਵਮੈਂਟ ਹੁੰਦੀ ਕਿਸੇ ਦਾ ਕੋਈ ਵੀ ਸੁਝਾਅ ਆ ਉਹ ਦੇ ਸਕਦਾ ਵੀ ਹਾਂ ਵੀ ਤੁਸੀਂ ਗੁਰਦੁਆਰਾ ਸਾਹਿਬ ਦੀ ਡਿਵੈਲਪਮੈਂਟ ਲਈ ਆਹ ਕੰਮ ਕਰੋ ਅਤੇ ਉਹ ਸੰਗਤ ਦੇ ਵਿੱਚ ਪਾਸ ਹੋ ਕੇ ਫਿਰ ਉਹ ਸਾਲ ਦੇ ਅੰਦਰ ਅੰਦਰ ਜਿਹੜਾ ਵਾ ਉਹ ਪੂਰਾ ਕੀਤਾ ਜਾਂਦਾ ਕੰਮ ਇਹਦੇ ਜੇ ਵੋਟਾਂ ਵੀ ਬਣਦੀਆਂ ਵਾ ਉਹ ਪੂਰੇ ਸਾਲ ਦੀਆਂ ਜਿਹੜੀਆਂ ਵੋਟਾਂ ਬਣੀਆਂ ਹੁੰਦੀਆਂ ਉਹ ਜਨਰਲ ਮੀਟਿੰਗ ਵਿੱਚ ਪਾਸ ਹੁੰਦੀਆਂ ਜਿਹੜੇ ਪਹਿਲਾਂ ਮੈਂਬਰ ਹੁੰਦੇ ਜੇ ਉਹ ਪਾਸ ਹੋਣ ਤਾਂ ਹੀ ਉਹ ਵੋਟਾਂ ਦੀ ਵੈਲਿਊ ਆ ਕਿ ਉਹ ਵੋਟ ਬਣ ਗਈ ਆ ਉਹਨਾਂ ਚਿਰ ਵੋਟ ਵੀ ਨਹੀਂ ਬਣਦੇ ਸੋ ਇਹਦੀ ਬਹੁਤ ਵੱਡੀ ਅਹਿਮੀਅਤ ਹੈ ਜੀ ਆਪਣੇ ਜਨਰਲ ਮੀਟਿੰਗ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸੰਗਤ ਦਾ ਬਹੁਤ ਵੱਡਾ ਫਤਵਾ ਦਿੱਤਾ ਜੀ ਅਤੇ ਇਹ ਕਿਉਂਕਿ ਇਸ ਫਤਵੇ ਦੇ ਨਾਲ ਹੀ ਗੁਰਦੁਆਰਾ ਸਾਹਿਬ ਬੈਕ ਸੰਗਤ ਦਾ ਗੁਰਦੁਆਰਾ ਸਾਹਿਬ ਬਣਿਆ ਅਤੇ ਬਾਕੀ ਤੁਸੀਂ ਦੇਖ ਹੀ ਸਕਦੇ ਹਾਂ ਕਿ ਗੁਰਦੁਆਰਾ ਸਾਹਿਬ ਵਿੱਚ ਕਿੰਨੀ ਸੰਗਤ ਆਉਂਦੀ ਆ ਹੁਣ ਅੱਜ ਸਾਲਾਨਾ ਮੀਟਿੰਗ ਹੈਗੀ ਆ ਅਤੇ ਉਹਦੇ ਵਿੱਚ ਜਿਵੇਂ ਦੂਜੀ ਆਪੂ ਜਿਸ ਪਾਰਟ ਵੀ ਹੈਗੀ ਸਾਡੇ ਬੰਦੇ ਵੀ ਹੈਗੇ ਸਾਰਿਆਂ ਦੇ ਮਤੇ ਪਾਸ ਕਰਨੇ ਹੁੰਦੇ ਆ ਜਿਹੜਾ ਲੇਖਾ ਜੋਖਾ ਉਹ ਸਾਰਾ ਦੱਸਣਾ ਹੁੰਦਾ ਸੰਗਤ ਜੋ ਵੀ ਹੋਇਆ ਜੋ ਵੀ ਅਸੀਂ ਕੀਤਾ ਜਾਂ ਅੱਗੇ ਜੋ ਅਸੀਂ ਕਰਨਾ ਚਾਹੁੰਦੇ ਹਾਂ ਸਿੱਖ ਲਈ ਜਾਂ ਆਪਣੇ ਜਿਹੜੀਆਂ ਸਿੱਖ ਬੱਚਿਆਂ ਲਈ ਸਾਨੂੰ ਮੈਨੂੰ ਮੈਂ ਆਪ ਖਾਸ ਤੌਰ 'ਤੇ ਚਾਹੁੰਦਾ ਹਾਂ ਵੀ ਬੱਚਿਆਂ ਨੂੰ ਇੱਥੇ ਜਿਵੇਂ ਗੱਤਕਾ ਵਗੈਰਾ ਗੁਰਬਾਣੀ ਵਗੈਰਾ ਦੀਆਂ ਅੱਡ ਅੱਡ ਕਲਾਸਾਂ ਲੱਗਣ ਇੱਥੇ ਖਾਲਸਾ ਦਿਵਸ ਸੋਸਾਇਟੀ ਦੀ ਨਵੀਂ ਕਮੇਟੀ ਦਾ ਗਠਨ ਹੋਇਆ ਕੀ ਉਮੀਦਾਂ ਨੇ ਉਮੀਦਾਂ ਬਹੁਤ ਆ ਜੀ ਬੱਚ ਸਾਰੀ ਯੰਗ ਜਨਰੇਸ਼ਨ ਪਹਿਲਾਂ ਤਾਂ ਬਹੁਤ ਜਿਵੇਂ ਹੁਣ ਆਪਣਾ ਮੁੰਡਾ ਮਨਿੰਦਰ ਗਿੱਲ ਆ ਇਸ ਨਾਮ ਦਾ ਬੇਟਾ ਆ ਅਤੇ ਬਹੁਤ ਮੈਨੂੰ ਲੱਗਦਾ 15-16 ਸਾਲ ਤੋਂ ਇਹ ਇੱਥੇ ਹੀ ਰਿਹਾ ਆ ਜਿਵੇਂ ਕੰਮ ਕਰਦਾ ਰਿਹਾ ਸੇਵਾ ਕਰਦਾ ਰਿਹਾ ਸਾਡੇ ਨਾਲ ਹੀ ਹੁੰਦਾ ਸੀ ਇਹਨੂੰ ਸਾਰੀ ਗੱਲ ਦਾ ਪਤਾ ਆ ਸਾਰਾ ਭੇਤ ਹੈਗਾ ਆ ਵੀ ਕਿੱਦਾਂ ਕਿੱਦਾਂ ਕਿਵੇਂ ਕਿਵੇਂ ਕਾਰਜ ਕਰਨੇ ਆ ਰਹੀ ਅਤੇ ਬਾਕੀ ਇਹ ਆਪ ਹੱਥੀਂ ਵੀ ਹਾਰਡ ਵਰਕ ਬਹੁਤ ਕਰਦੇ ਆ ਮੁੰਡੇ ਜਿਵੇਂ ਸਾਰੀ ਯੰਗ ਜਨਰੇਸ਼ਨ ਦਾ ਯੂਥ ਫੈਡਰੇਸ਼ਨ ਦਾ ਇੰਡੋਕਟਿਵ ਯੂਥ ਕਲੱਬ ਆ ਸਾਰੇ ਇਹਨਾਂ ਦੇ ਨਾਲ ਆ ਸੋ ਇੱਦਾਂ ਕਰਕੇ ਮੈਨੂੰ ਪੂਰੀ ਉਮੀਦ ਆ ਵੀ ਇਹ ਸਾਡੀਆਂ ਜਿਹੜੀਆਂ ਸੰਗਤ ਦੀਆਂ ਆਸਾਂ ਉੱਤੇ ਖਰੇ ਉੱਤਰਨਗੇ ਚੁਣਿਆ ਹੋਇਆ ਨੁਮਾਇੰਦਾ ਐਜ਼ ਏ ਮੈਂਬਰ ਆਫ ਪਾਰਲੀਮੈਂਟ ਕਿਉਂਕਿ ਸਾਡਾ ਪਾਕਿਸਤਾਨ ਤੋਂ ਬਾਅਦ ਇੱਕੋ ਹੀ ਇੱਕ ਇਤਿਹਾਸਿਕ ਗੁਰਦੁਆਰਾ ਹੈਗਾ ਉਹ ਹੈਗਾ ਕੈਪਕੋਟ ਸਾਹਿਬ ਗੁਰਦੁਆਰਾ ਸਾਹਿਬ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਇਹ ਇਕੱਲੇ ਸਾਡੇ ਧਾਰਮਿਕ ਸਥਾਨ ਨਹੀਂ ਇਹਦੇ ਵਿੱਚ ਕੀ ਹੈ ਕਿ ਅਸੀਂ ਜਿਹੜੇ ਸਾਡੇ ਪਿੱਲਰ ਨੇ ਸਟਰੋਂਗ ਪਿੱਲਰ ਸਾਡੀ ਸਕਸੈਸ ਦੇ ਸਾਡੀ ਪਹਿਚਾਣ ਬਣਾਉਣ ਦੇ ਉਹ 3 ਗਿਣਨਾ ਉਹਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਫੇਥ ਕਿਉਂਕਿ ਫੇਥ ਤੋਂ ਹੋਪ ਆਉਂਦੀ ਹੋਪ ਤੋਂ ਐਵਰੀਥਿੰਗ ਜਿਹੜਾ ਵਾ ਉਹ ਪੋਸੀਬਲ ਹੁੰਦਾ ਸੋ ਫੇਥ ਫੈਮਿਲੀ ਅਤੇ ਕਮਿਊਨਿਟੀ ਇਹ 3 ਪਿੱਲਰ ਨੇ ਉਹ 3 ਜਿਹੜੇ ਨੇ ਇੱਥੇ ਵੈਲ ਐਂਡ ਅਲਾਈਵ ਹੈਗੇ ਆ ਔਰ ਜੰਗ ਮੁੰਡਾ ਮਨਿੰਦਰ ਗਿੱਲ ਆ ਉਹਨੇ ਹੁਣ ਇਹ ਅਹੁਦਾ ਸੰਭਾਲਿਆ ਹੈਗਾ ਸੇਵਾ ਲਈ ਹੈਗੀ ਆ ਤਾਂ ਚੰਗੀ ਗੱਲ ਵੀ ਹੈ ਕਿਉਂ ਕਿਉਂਕਿ ਦੇਖਣਾ ਚਾਹੁੰਦੇ ਹਾਂ ਵੀ ਉਹਨੂੰ ਸਗੋਂ ਸਾਨੂੰ ਹੈਲਪ ਕਰਨੀ ਚਾਹੀਦੀ ਹੈ ਐਜ ਏ ਕਮਿਊਨਿਟੀ ਕਿਉਂਕਿ ਜੇ ਅਸੀਂ ਅੱਜ ਆਪਣੇ ਯੰਗ ਬੱਚਿਆਂ ਨੂੰ ਇਨਵੋਲਵ ਨਾ ਕੀਤਾ ਤਾਂ ਸਾਡਾ ਜਿਹੜਾ ਭਵਿੱਖ ਆ ਜਿਸ ਤਰੀਕੇ ਦੇ ਨਾਲ ਸਾਡੇ ਬਜ਼ੁਰਗਾਂ ਨੇ ਐਨਸੈਸਟਰ ਨੇ ਜਿਹੜੇ ਸਭ ਤੋਂ ਪਹਿਲਾਂ ਆਏ ਉਹਨਾਂ ਨੇ ਘਾਲਣਾ ਘਾਲੀ ਇਹਨੂੰ ਹੁਣ ਅਗਲੀ ਸੈਂਚਰੀ 'ਚ ਲੈ ਕੇ ਕਿਹਨੇ ਜਾਣਾ ਬੱਚਿਆਂ ਨੇ ਸੋ ਇਹੋ ਜਿਹੇ ਜਿਹੜੇ ਸਮਾਜ ਸੇਵੀ ਬੱਚੇ ਜਿਹੜੇ ਸਾਡੇ ਮੂਹਰੇ ਆਉਂਦੇ ਆ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਸਾਨੂੰ ਇਨਕਰੇਜ ਕਰਨਾ ਚਾਹੀਦਾ ਬੱਚੇ ਨੂੰ ਸਾਨੂੰ ਇਹਦੀ ਮਦਦ ਕਰਨੀ ਚਾਹੀਦੀ ਆ ਇਹਦੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਕਿਉਂਕਿ ਲੋਕਾਂ ਦਾ ਫਤਵਾ ਦੇਖੋ ਮੈਂ ਵੀ ਇਲੈਕਸ਼ਨ ਜਿੱਤਦਾ ਇਲੈਕਸ਼ਨ ਹਾਰਦਾ ਰਿਹਾ ਪਰ ਜਦੋਂ ਲੋਕ ਫਤਵਾ ਦਿੰਦੇ ਨੇ ਉਹਨੂੰ ਐਕਸੈਪਟ ਕਰ ਲੈਣਾ ਸੋ ਮੂਵਿੰਗ ਫਾਰਵਰਡ ਅਤੇ ਅੱਜ ਮੈਂ ਬੜਾ ਇੰਸਪਾਇਰਡ ਹਾਂ ਕਿਉਂਕਿ ਵੱਡੀ ਗਿਣਤੀ ਸੰਗਤ ਆਈ ਉਹਨਾਂ ਨੂੰ ਮੈਂ ਮਿਲਿਆ ਅਤੇ ਮਿਲ ਕੇ ਜਿਹੜਾ ਹੈਗਾ ਉਹਨਾਂ ਦੇ ਨਾਲ ਜਿਹੜੇ ਨੇ ਪਿਆਰ ਸਾਂਝਾ ਕਰੀਦਾ ਹੈਗਾ ਦੇਖੋ ਸਪਾਈਸ ਟੀਵੀ ਕਿਉਂਕਿ ਮੀਡੀਆ ਜਿਹੜਾ ਨਾ ਇੱਕ ਬੜਾ ਕੰਸਟਰਕਟਿਵ ਰੋਲ ਅਦਾ ਕਰਦਾ
असी तो पंजां ना दसां ना पंजां ना सौ ना हज़ार ना गल कर लाँगे, पर यह मासेज तो ही लैके जाता। सो स्पाइस टीवी जिहड़ा है, मैं उन्होंने सारी टीम और सारे उन्होंने दर्शकों भी बहुत बहुत बधाई देना, चढ़दी कला जी।